ਤੇ ਉੱਥੇ ਨਾ ਕੋਈ ਵੀ ਆ ਨਾ ਤੇ ਆ ਕੱਲ ਨੂੰ ਆ ਜਾਓ ਹੈ ਜੀ। ਅਸੀਂ ਸਵੇਰੇ ਕੰਮ 'ਤੇ ਜਾਣ ਡਏ ਸੀ ਬੰਦੇ ਦੋਵਾਂ ਮੋਟਰਸਾਈਕਲਾਂ 'ਤੇ ਅਤੇ ਇਹਨੇ ਬੰਦੇ ਨੇ ਪਹਿਲਾਂ ਤਾਂ ਉਰੇ ਰੋਕ ਕੇ ਦਾਰੂ ਪੀਤੀ ਆ, ਸਾਨੂੰ ਦੱਸਿਆ ਗਿਆ ਕਿਸੇ ਨੇ ਉੱਥੇ ਮੰਡੀ 'ਚੋਂ, ਅਤੇ ਮੁੜ ਕੇ ਮੈਂ ਪਿੱਛੇ ਜਾਣ ਡਿਆ ਵਾਂ ਅਤੇ ਬੰਦੇ ਸਾਡੇ ਗਾੜੀ ਪਹਿਲਾਂ 10 ਮਿੰਟ ਖਲੋ ਗਏ, ਮੈਂ ਥੋੜ੍ਹਾ ਗਿਆ ਪਿੱਛੇ ਸੀ ਅਤੇ ਉੱਥੇ ਭੱਠੇ ਦੇ ਉੱਤੇ ਬੰਦੇ ਜਿਹੜੇ ਆ ਇਹ ਕਿਸੇ ਬੰਦੇ ਨੂੰ ਮਿਲਣ ਡਿਆ ਪਏ, ਦੋ ਕਰਮਾਂ ਪਛਾਂਹ ਕੇ ਗੱਲਬਾਤ ਕਰਨ ਡਏ ਆ, ਉਹਨਾਂ ਖਲੋਤੇ ਬੰਦਿਆਂ ਦੇ ਉੱਤੇ ਇਹਨੇ ਗੱਡੀ ਚਾੜੀ ਆ, ਇਹਨੇ ਆਪ ਜਾਣ ਬੁੱਝ ਕੇ ਜਾਂ ਕਿੱਦਾਂ ਵੀ ਇਹਨੇ ਕਤਲ ਕੀਤਾ ਜੀ ਬੰਦਿਆਂ ਦਾ। ਇਹ ਹੈ ਕੌਣ ਹੈ? ਇਹ ਬੜਾ ਪਤਾ ਨਹੀਂ ਕਿੱਥੋਂ ਜੀ ਜਦੋਂ ਅੰਮ੍ਰਿਤਸਰ ਵੱਲੋਂ ਆਇਆ ਅਤੇ ਸਵੇਰ ਦਾ ਹੀ ਇਹਦੀ ਹਜੇ ਵੀ ਆਵਾਜ਼ ਜਿਹੜੀ ਆ ਇਹ ਦਾਰੂ ਇੱਥੇ, ਤੁਸੀਂ ਆਪ ਹੀ ਗੱਲ ਕਰੋ ਉਹਦੇ ਨਾਲ, ਸ਼ਰਾਬ ਨਾਲ ਰੱਜਿਆ ਪਿਆ, ਇਹਨੇ ਸਾਡਾ ਬੇੜਾ ਗੱਕ ਕਰਤਾ ਜੀ, ਇਹਨੇ ਸਾਡਾ ਘਰ ਦਾ ਛੱਡਿਆ ਕੁਛ ਨਹੀਂ, ਇਹਨੇ ਸਾਡੇ ਨਾਲ ਬਹੁਤ ਧੱਕਾ ਕੀਤਾ ਵਾ ਅਤੇ ਸਾਡੀ ਛਣਾਈ ਹੋਵੇ। ਸਾਨੂੰ ਜੀ ਫੋਨ ਆਇਆ ਜੀ ਕਿ ਸਾਡੇ ਮੁੰਡੇ ਦਾ ਮਤਲਬ ਐਕਸੀਡੈਂਟ ਹੋ ਗਿਆ, ਅਸੀਂ ਜੀ ਜਾ ਕੇ ਵੇਖਿਆ ਅਤੇ ਦੋ ਨਾਲ ਮੁੰਡੇ ਅਤੇ ਇੱਕ ਇਹ ਮੁੰਡਾ, ਤਿੰਨ ਚਾਰ ਚਾਰ ਜਣੇ, ਅਤੇ ਫਿਰ ਇਹਨਾਂ ਹੋਸਪਿਟਲ ਖੜ੍ਹਿਆ ਅਤੇ ਸਾਡੇ ਮੁੰਡੇ ਦੀ ਡੈਥ ਹੋ ਗਈ ਅਤੇ ਬਾਕੀਆਂ ਦੀ ਹਾਲਤ ਗੰਭੀਰ ਹੈ। ਇਹ ਘਟਨਾ ਥਾਣੇ ਘੁਮਾਣ ਦੀ ਜੀ, ਥਾਣੇ ਘੁਮਾਣ ਕਸਬਾ ਪਿੰਜ ਚੱਕ ਆਪਣੇ ਲਾਗੇ ਪਿੰਡ ਆ ਜੀ, ਇਹ ਜਿਹੜੀ ਮੇਨ ਰੋਡ ਜਾਂਦੀ ਜੀ ਮਿੱਕੇ ਤੋਂ ਸ਼੍ਰੀ ਹਰਿਮੰਦਰ ਨੂੰ ਲਾਗੇ ਪਿੰਡ ਤੱਕ ਆਪਣੇ ਪਿੰਜੋ ਚੱਕ ਆ ਜੀ, ਉੱਥੇ ਚਾਰ ਨੌਜਵਾਨ ਮੋਟਰਸਾਈਕਲ ਦੇ ਨਾਲ ਖੜ੍ਹੇ ਸੀ ਕੱਚੇ ਲਾ ਕੇ ਜੀ, ਅਤੇ ਇਹ ਪਿੱਛਿਓਂ ਇੱਕ ਰਫਤਾਰ ਮਨੈਨੋ ਗੱਡੀ ਆਈ ਜੀ, ਅਤੇ ਉਹ ਉੱਥੇ ਚੌਹ ਨੂੰ ਰਗੜਦੀ ਹੋਈ ਅੱਗੇ ਲੰਘ ਗਈ ਜੀ ਅਤੇ ਅੱਗੇ ਖਤਾਨਾ 'ਚ ਜਾ ਡਿੱਗੀ, ਇਹਦੇ ਵਿੱਚ ਤਿੰਨ ਬੰਦੇ ਜ਼ਖਮੀ ਹੋ ਗਏ ਜੀ, ਇੱਕ ਦੀ ਮੌਤ ਹੋ ਗਈ ਆ, ਤਿੰਨ ਬੰਦੇ ਜਿਹੜੇ ਆ ਉਹ ਜਿਹੜੇ ਇਲਾਜ ਸਿਵਲ ਹੋਸਪਿਟਲ ਘੁਮਾਉਣ ਦੇ ਵਿੱਚ ਦਾਖਲ ਸੀ, ਅਤੇ ਆਪਾਂ ਗੱਡੀ ਕਰਨੀ ਕਹਿ ਲਈ ਆ ਜੋ ਬੰਦ ਕਾਰਵਾਈ ਕਰ। ਸਾਡੇ ਬੰਦੇ ਸਵੇਰੇ ਕੰਮ 'ਤੇ ਜਾ ਰਹੇ ਸੀ, ਉਹ ਕਿਸੇ ਕਾਰਨ ਸੜਕ ਦੇ ਉੱਤੇ ਭੱਠੇ ਦੇ ਲੱਗ ਗਏ, ਸੜਕ ਤੋਂ ਤਕਰੀਬ ਤਿੰਨ ਕਰਮ ਥੱਲੇ ਖਲੋ ਗਏ ਅਤੇ ਆਪਣੇ ਦੋ ਸਾਥੀਆਂ ਨਾਲ ਗੱਲ ਕਰ ਰਹੇ ਵੀ ਅੱਜ ਕੰਮ 'ਤੇ ਕਿੱਥੇ ਜਾਣਾ, ਦੋ ਬੰਦੇ ਮੋਟਰਸਾਈਕਲ 'ਤੇ ਸੀ, ਦੋ ਥੱਲੇ ਖੜ੍ਹੇ ਸੀ, ਇਹ ਬੰਦੇ ਕੋਈ ਅਣਪਛਾਤੀ ਔਰਤ ਨਾਲ ਬਿਠਾਈ ਸੀ, ਇਹ ਪਤਾ ਨਹੀਂ ਉਹਦੇ ਨਾਲ ਕੀ ਕਰਦਾ ਗੱਡੀ ਦੇ ਵਿੱਚ ਆਉਂਦਾ ਸੀਗਾ ਅਤੇ ਕੋਈ ਹਰਕਤ ਕਰਦਾ ਸੀ, ਅਤੇ ਇਹਨੇ ਮਾਰਨ ਦੀ ਨੀਤ ਦੇ ਨਾਲ ਸਾਡੇ ਬੰਦਿਆਂ ਚੌਹਾਂ ਦੇ ਉੱਤੇ ਗੱਡੀ ਚੜ੍ਹਾਤੀ, ਫਿਰ ਇੱਕ ਬੰਦੇ ਦੀ ਡੈਥ ਹੋ ਗਈ ਅਤੇ ਤਿੰਨ ਬੰਦੇ ਜਿਹੜੇ ਉਹ ਜ਼ਖਮੀ ਹੋਏ ਆ, ਅਤੇ ਇਹ ਕੋਈ ਐਕਸੀਡੈਂਟ ਕੇਸ ਨਹੀਂ ਆ, ਇਹਨੇ ਮਾਰਨ ਦੀ ਨੀਤ ਨਾਲ ਸਾਡੇ ਬੰਦਿਆਂ 'ਤੇ ਚੌਹਾਂ 'ਤੇ ਤਿੰਨ ਕਰਮਾਂ ਸੜਕ ਤੋਂ ਥੱਲੇ ਜਾ ਕੇ ਗੱਡੀ ਚੜ੍ਹਾ ਕੇ ਅਤੇ ਇੱਕ ਦੀ ਡੈਥ ਹੋ ਗਈ ਆ ਅਤੇ ਤਿੰਨ ਬੰਦੇ ਜਿਹੜੇ ਆ ਉਹ ਬਹੁਤ ਗੰਭੀਰ ਜ਼ਖਮੀ ਆ। ਅਸੀਂ ਇਹ ਚਾਹੁੰਦੇ ਹਾਂ ਵੀ ਇਹਨਾਂ ਦੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏ, ਇਹਨੇ ਇਹ ਬੰਦੇ ਦੇ ਉੱਤੇ ਅਤੇ ਕੋਈ ਵੀ ਮਾੜੀ ਮੋਟੀ ਢਿੱਲ ਨਾ ਕੀਤੀ ਜਾਵੇ। ਇਹਨੇ ਬੰਦੇ ਨੇ ਸ਼ਰਾਬ ਪੀਤੀ ਸੀ, ਉਰੇ ਬਾਬੇ ਖੁੰਡੇ ਦਾ ਇੱਕ ਗੁਰਦੁਆਰਾ ਆਪਣੀ ਮਸਜਿਦ ਆ, ਉੱਥੇ ਇਹਨੇ ਉੱਤਰ ਕੇ ਨਲਕੇ ਤੋਂ ਸ਼ਰਾਬ ਪੀ ਗਏ, ਉੱਥੇ ਪੱਲੇਦਾਰ ਗਵਾਹ ਇਸ ਗੱਲ ਦੇ, ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਡਿਆ ਸੀਗਾ ਅਤੇ ਇਹਨੇ ਸ਼ਰਾਬ ਪੀ ਕੇ ਅਤੇ ਜਿਹੜੀ ਆ ਉਹ ਗੱਡੀ ਬੰਦਿਆਂ ਦੇ ਉੱਤੇ ਚੜ੍ਹਾਤੀ, ਅਤੇ ਮੁਲਾਜ਼ਮ ਡਿਸਮਿਸ ਕੀਤਾ ਮੁਲਾਜ਼ਮ ਆ।